ਓਕੇ ਤੇ ਮੈਂ ਤੁਹਾਡਾ ਨਾ ਡੌਗ ਨਾਲ ਬੜਾ ਪਿਆਰ ਲੱਗਿਆ ਨਾ ਮੈਂ ਕਦੋਂ ਦਾ ਅਸੀਂ ਦੇਖ ਰਹੇ ਸੀ ਗੱਲਾਂ ਵੀ ਕਰ ਰਹੇ ਸੀ ਆਪਸ ਦੇ ਵਿੱਚ ਤੇ ਉਸ ਤੋਂ ਮੈਂ ਤੁਹਾਡੀ ਬਾਹ ਤੇ ਨਾ ਟੈਟੂ ਵੀ ਦੇਖਿਆ ਡੌਗ ਦਾ ਦਿਖਾ ਸਕਦੇ ਹੋ ਮੇਰਾ ਯਾਰ ਉਹ ਕੈਮਰਾਮੈਨ ਨੂੰ ਮੇਰਾ ਜ਼ੂਮ ਕਰਕੇ ਦਿਖਾ ਦਿਓ ਅਦਰ ਜਿੱਥੇ ਮੈਂ ਆਣਾ ਜਾਣਾ ਮੈਂ ਸਾਰੇ ਸਟਰੀਟ ਡੌਗ ਨੂੰ ਫੀਡ ਕਰਨਾ ਤੇ ਉਹਨਾਂ ਨੂੰ ਅਗਰ ਕੋਈ ਇੰਜਰੀ ਹੁੰਦੀ ਹੈ ਮੈਂ ਉਹਨਾਂ ਦਾ ਟ੍ਰੀਟਮੈਂਟ ਮੈਂ ਖੁਦ ਹੀ ਕਰਦੀ ਆ ਮੈਂ ਡਾਕਟਰ ਤੋਂ ਖੁਦ ਸਿੱਖਿਆ ਟ੍ਰੀਟਮੈਂਟ ਕਰਨਾ ਕਿ ਹਾਂ ਮੈਨੂੰ ਕਿਸੇ ਕੋਲ ਲੈ ਕੇ ਨਾ ਭੱਜਣਾ ਪਵੇ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਗਰੇਵਾਲ ਡੌਗ ਫਾਰਮ ਉੱਤੇ ਸੋ ਆਪਾਂ ਨਾ ਬਰਨਾਲੇ ਸ਼ੋਅ ਤੇ ਆਏ ਸੀ ਉੱਥੇ ਆਪਾਂ ਨੂੰ ਇੱਕ ਮੈਮ ਮਿਲਿਆ ਮੈਡਮ ਰੀਆ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਨੂੰ ਬਹੁਤ ਉਹਨਾਂ ਦਾ ਜ਼ਿਆਦਾ ਪਿਆਰ ਲੱਗਿਆ ਡੌਗ ਦੇ ਨਾਲ ਤੁਸੀਂ ਵੀਡੀਓ ਦੇ ਵਿੱਚ ਵੇਖ ਵੀ ਸਕਦੇ ਹੋ ਸਵਾਗਤ ਹੈ ਮੈਮ ਆਪਣੇ ਚੈਨਲ ਤੇ ਤੁਹਾਡਾ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਮ ਵੈਸੇ ਤਾਂ ਮੈਂ ਬੋਲ ਦਿੱਤਾ ਤੋ ਦੁਬਾਰਾ ਦੱਸ ਦਿਓ ਵੀ ਆਪਣਾ ਨਾਮ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰੀਆ ਸ਼ਰਮਾ ਤੇ ਮੈਂ ਧੂਰੀ ਤੋਂ ਬਿਲੋਂਗ ਕਰਦੀ ਹਾਂ ਓਕੇ ਜੀ ਓਕੇ ਤੇ ਮੈਮ ਤੁਹਾਡਾ ਨਾ ਡੌਗ ਨਾਲ ਬੜਾ ਪਿਆਰ ਲੱਗਿਆ ਨਾ ਮੈਂ ਕਦੋਂ ਦਾ ਅਸੀਂ ਦੇਖ ਰਹੇ ਸੀ ਗੱਲਾਂ ਵੀ ਕਰ ਰਹੇ ਸੀ ਆਪਸ ਦੇ ਵਿੱਚ ਤੇ ਉਸ ਤੋਂ ਮੈਂ ਤੁਹਾਡੀ ਬਾਹ ਤੇ ਨਾ ਟੈਟੂ ਵੀ ਦੇਖਿਆ ਡੌਗ ਦਾ ਦਿਖਾ ਸਕਦੇ ਹੋ ਮੇਰਾ ਯਾਰ ਸੋ ਕੈਮਰਾਮੈਨ ਨੂੰ ਮੇਰਾ ਜ਼ੂਮ ਕਰਕੇ ਦਿਖਾ ਦਿਓ ਸੋ ਇਹ ਡੌਗ ਦਾ ਟੈਟੂ ਵੀ ਮੈਮ ਨੇ ਬਣਾਇਆ ਇੱਥੋਂ ਪਤਾ ਲੱਗਦਾ ਨਾ ਟੈਟੂ ਤੋਂ ਵੀ ਯਾਰ ਕਿੰਨਾ ਜ਼ਿਆਦਾ ਪਿਆਰ ਹੈਗਾ ਸੋ ਮੈਂ ਤੁਸੀਂ ਆਪ ਵੀ ਕੋਈ ਬਰੀਡਿੰਗ ਕਰਦੇ ਹੋ ਨਹੀਂ ਮੈਂ ਕੋਈ ਬਰੀਡਿੰਗ ਨਹੀਂ ਕਰਦੀ ਹੈਗੀ ਐਕਚੁਅਲ ਚ ਇਹਨਾਂ ਨੂੰ ਤਾਂ ਹਰ ਕੋਈ ਰੱਖ ਲੈਂਦਾ ਜੋ ਬਰੀਡਿੰਗ ਹੁੰਦੇ ਆ ਇਹਨਾਂ ਦੇ ਵੱਡੇ ਵੱਡੇ ਫਾਰਮ ਨੇ ਸਾਰੇ ਇਹਨਾਂ ਨੂੰ ਫੀਡ ਕਰਦੇ ਆ ਸਭ ਕੁਝ ਹੈ ਬਟ ਜਿਹੜੇ ਸਟਰੀਟ ਡੌਗ ਨੇ ਉਹਨਾਂ ਦਾ ਕੌਣ ਹੈ ਕੋਈ ਵੀ ਨਹੀਂ ਹੈ ਤੇ ਮੈਂ ਆਪਣੇ ਮੇਰੇ ਮਹੱਲੇ ਚ ਜਾਂ ਅਦਰ ਜਿੱਥੇ ਮੈਂ ਆਣਾ ਜਾਣਾ ਮੈਂ ਸਾਰੇ ਸਟਰੀਟ ਡੌਗ ਨੂੰ ਫੀਡ ਕਰਨਾ ਤੇ ਉਹਨਾਂ ਨੂੰ ਅਗਰ ਕੋਈ ਇੰਜਰੀ ਹੁੰਦੀ ਹੈ ਮੈਂ ਉਹਨਾਂ ਦਾ ਟ੍ਰੀਟਮੈਂਟ ਮੈਂ ਖੁਦ ਹੀ ਕਰਦੀ ਆ ਮੈਂ ਡਾਕਟਰ ਤੋਂ ਖੁਦ ਸਿੱਖਿਆ ਟ੍ਰੀਟਮੈਂਟ ਕਰਨਾ ਕਿ ਹਾਂ ਮੈਨੂੰ ਕਿਸੇ ਕੋਲ ਲੈ ਕੇ ਨਾ ਭੱਜਣਾ ਪਵੇ ਖੁਦ ਮੇਰੇ ਕੋਲ ਇੰਨਾ ਬਾਕਸ ਹੈ ਸਾਰੀ ਇਹਨਾਂ ਦੀ ਮੈਡੀਸਿਨ ਦਾ ਸਾਰਾ ਮੈਂ ਸਟਰੀਟ ਡੌਗ ਨੂੰ ਹੀ ਫੀਡ ਕਰਦੀ ਆ ਉਹੀ ਸਾਡੇ ਘਰੇ ਰਹਿੰਦੇ ਨੇ ਸੌਂਦੇ ਨੇ ਖਾਂਦੇ ਨੇ ਮੈਨੂੰ ਇਹਨਾਂ ਦੀ ਲੋੜ ਨਹੀਂ ਇਸ ਲਈ ਮੈਂ ਤੇ ਸ਼ੋਅ ਵਗੈਰਾ ਤੇ ਆ ਜਾਂਦੀ ਆ ਇਹਨਾਂ ਨੂੰ ਖੜਾਣ ਅਦਰਵਾਈਜ਼ ਮੈਂ ਸਾਰਿਆਂ ਨੂੰ ਇਹ ਚੀਜ਼ ਕਹਿੰਨੀ ਆ ਕਿ ਅਗਰ ਕੋਈ ਮੰਨ ਲਓ ਡੌਗ ਲਵਰ ਹੈ ਤਾਂ ਉਹ ਇਹਨਾਂ ਵੱਡਿਆਂ ਡੌਗੀਜ਼ ਨੂੰ ਜਾਂ ਜਿਹੜੇ ਬਰੀਡ ਨੇ ਉਹਨਾਂ ਨੂੰ ਰੱਖਣ ਨਾਲ ਡੌਗ ਲਵਰ ਨਹੀਂ ਬਣਦਾ ਸਟਰੀਟ ਡੌਗ ਨੂੰ ਜਿੰਨਾ ਫੀਡ ਹੋ ਸਕਦਾ ਉਹ ਕਰੋ ਉਹਨਾਂ ਨੂੰ ਮਾਰ ਕੁਟਾਈ ਕਰਨਾ ਉਹਨਾਂ ਨੂੰ ਬੰਦ ਕਰੋ ਜਿਹੜੇ ਸਾਡੇ ਮਹੱਲੇ 'ਚ ਇਹ ਚੀਜ਼ ਹੁੰਦੀ ਆ ਸਾਰੇ ਮਾਰ ਕੁਟਾਈ ਕਰਦੇ ਨੇ ਮੇਰੀ ਬਹੁਤ ਜ਼ਿਆਦਾ ਫਾਈਟ ਹੁੰਦੀ ਆ ਹਰ ਇੱਕ ਨਾਲ ਹੁੰਦੀ ਆ ਉਹਨਾਂ ਪਿੱਛੇ ਪਤਾ ਨਹੀਂ ਕਿਹਦੇ ਕਿਹਦੇ ਨਾਲ ਮੈਂ ਲੜ ਪੈਂਦੀ ਆ ਸੋ ਇਹਨਾਂ ਕੀ ਆ ਜਿਹਨੇ ਡੌਗ ਲਵਰ ਬੰਨਾ ਜਾਂ ਉਹ ਇਹਨਾਂ ਨੂੰ ਪਿਆਰ ਕਰਦਾ ਤਾਂ ਉਹ ਸਟਰੀਟ ਡੌਗਸ ਨੂੰ ਕਰੇ ਇਹਨਾਂ ਨੂੰ ਹਰ ਕੋਈ ਕਰਦਾ ਹੈਗਾ ਇਹ ਤਾਂ ਹੈ ਜੀ ਗੱਲ ਦੇਖੋ ਬਹੁਤ ਵਧੀਆ ਮੈਸੇਜ ਆ ਨਾ ਇਹਨਾਂ ਦੀ ਗੱਲ ਦੇ ਵਿੱਚੋਂ ਦੇਖੋ ਸਾਡੇ ਲਵੇ ਤੁਸੀਂ ਨਾ ਫੋਨ ਕਰ ਦਿਓ ਕਈ ਮੇਰੇ ਵੀਰ ਕਹਿੰਦੇ ਹੁੰਦੇ ਨੇ ਬਾਈ ਯਾਰ ਅਡਾਪਸ਼ਨ ਕਰਵਾ ਦੇ ਹਨਾ ਜਿੱਦਾਂ ਆਪਾਂ ਅਡਾਪਟ ਕਰਵਾਉਨੇ ਆ ਮੈਮ ਅਸੀਂ ਵੀ ਐਨਜੀਓ ਨਾਲ ਚਲਾਉਨੇ ਆ ਫਾਰਮ ਦੇ ਨਾਲ ਨਾਲ ਤੇ ਉਸ ਤੋਂ ਬਾਅਦ ਕਈ ਬੰਦੇ ਕੀ ਕਰਦੇ ਨਾ ਯਾਰ ਬਈ ਬਾਈ ਮੇਰਾ 2000 ਦਾ ਬਜਟ ਆ ਮੇਰਾ 5000 ਦਾ ਬਜਟ ਆ ਸੋ ਯਾਰ ਨਾ ਉਹੀ ਰੁਪਏ ਤੁਸੀਂ ਕੋਈ ਸਟਰੀਟ ਡੌਗ ਰੱਖ ਕੇ ਨਾ ਉਹ ਤੇ ਲਗਾ ਦਿਆ ਕਰੋ ਨਲੇ ਤਾਂ ਇੱਕ ਡੌਗ ਨੂੰ ਇੱਕ ਫੈਮਿਲੀ ਮਿਲ ਜਾਂਦੀ ਆ ਤੇ ਨਲੇ ਤੁਸੀਂ ਤੁਹਾਡਾ ਸ਼ੌਂਕ ਪੂਰਾ ਹੋ ਜਾਊਗਾ ਡੌਗ ਭਾਵੇਂ ਕੋਈ ਬਰੀਡ ਦਾ ਭਾਵੇਂ ਸਟਰੀਟ ਦਾ ਡੌਗ ਡੌਗ ਆ ਉਹਨਾਂ ਨੇ ਉਹਨਾਂ ਹੀ ਆਪਣਾ ਮੋਹ ਲੈਣਾ ਹੈ ਉਹਨਾਂ ਹੀ ਆਪਣਾ ਕਰਨਾ ਜਿੰਨਾ ਹਨਾ ਆਹ ਕੋਈ ਮਹਿੰਗਾ ਡੌਗ ਕਰੂਗਾ ਸੋ ਮੈਨੂੰ ਇਹ ਬਹੁਤ ਵਧੀਆ ਲੱਗਿਆ ਤੁਹਾਡਾ ਮੈਮ ਤੇ ਅਸੀਂ ਤੁਹਾਨੂੰ ਇੱਕ ਹੋਰ ਦੱਸ ਦਈਏ ਵੀਡੀਓ ਦੇ ਰਾਹੀਂ ਹਨਾ ਚੈਨਲ ਤੇ ਆਪਾਂ ਬੋਲ ਕੇ ਅਗਰ ਤੁਹਾਨੂੰ ਕਿਤੇ ਵੀ ਭੈਣ ਮੇਰੀ ਕੋਈ ਹਨਾ ਐ ਲੱਗਦਾ ਵੀ ਯਾਰ ਇਹ ਦਾ ਟ੍ਰੀਟ ਕਰਨਾ ਸੀ ਬਟ ਤੁਸੀਂ ਤੁਹਾਡੇ ਬਸ ਤੋਂ ਬਾਹਰ ਹੋ ਗਿਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਹਾਂਜੀ ਹਾਂ ਜ਼ਰੂਰ ਠੀਕ ਹੈ ਅਗਰ ਹੋਰ ਵੀ ਕੋਈ ਮੇਰਾ ਵੀਰ ਨਾ ਸਟਰੀਟ ਡੌਗ ਵਾਸਤੇ ਕੋਈ ਡੋਨੇਸ਼ਨ ਕਰਨਾ ਚਾਹੁੰਦਾ ਅਸੀਂ ਨਹੀਂ ਕਹਿੰਦੇ ਸਾਡੇ ਅਕਾਊਂਟ ਦੇ ਵਿੱਚ ਪਾਓ ਡਾਇਰੈਕਟ ਤੁਸੀਂ ਸਾਨੂੰ ਮੈਡੀਸਨ ਕੋਈ ਫੂਡ ਕੁਝ ਵੀ ਦੇ ਸਕਦੇ ਹੋ ਜੋ ਡਾਇਰੈਕਟ ਵੀਡੀਓ ਬਣਾ ਕੇ ਤੁਹਾਨੂੰ ਪ੍ਰੋਪਰ ਦਿਖਾਇਆ ਜਾਊਗਾ ਵੀ ਇਹ ਡੌਗ ਦੇ ਉੱਤੇ ਲੱਗ ਚੁੱਕਿਆ ਹੈ ਹਾਂ ਅਗਰ ਕੋਈ ਮੇਰਾ ਵੀਰ ਗਰੀਬ ਕਰਦਾ ਤੇ ਸਟਰੀਟ ਡੌਗ ਰੱਖਣਾ ਚਾਹੁੰਦਾ ਠੀਕ ਹੈ ਜਾਂ ਰੱਖ ਰਿਹਾ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਅਸੀਂ ਉਹਨੂੰ ਉਹੋ ਜਿਹੀ ਚੀਜ਼ ਪ੍ਰੋਵਾਈਡ ਵੀ ਕਰਵਾਵਾਂਗੇ ਬਾਕੀ ਮੈਮ ਤੁਸੀਂ ਇਹ ਧੂਰੀ ਏਰੀਆ ਹਨਾ ਆਪਣਾ ਦੱਸਿਆ ਖਾਸ ਧੂਰੀ ਹਾਂਜੀ ਖਾਸ ਧੂਰੀ ਹੈ ਓਕੇ ਤੇ ਧੂਰੀ ਦੇ ਵਿੱਚ ਵੀ ਜਿਹੜਾ ਕੋਈ ਇਦਾਂ ਦਾ ਕੁਝ ਵੀ ਹੁੰਦਾ ਤਾਂ ਧੂਰੀ ਏਰੀਆ ਦਾ ਅਸੀਂ ਚਾਰਜ ਅੱਜ ਤੋਂ ਮੈਡਮ ਨੂੰ ਸਮਝਾ ਕੇ ਜਾਵਾਂਗੇ ਵੀ ਉੱਥੇ ਅਗਰ ਮੈਮ ਦੇਖੋ ਕੁਝ ਵੀ ਵਸ ਤੋਂ ਬਾਹਰ ਦੀ ਗੱਲ ਹੈ ਤਾਂ ਸਾਡੇ ਨਾਲ ਸੰਪਰਕ ਕਰ ਲਿਓ ਤੇ ਬਹੁਤ ਵਧੀਆ ਲੱਗਿਆ ਜੀ ਹਨਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਾਕੀ ਇੱਕ ਮੈਡਮ ਦੀ ਪੂਰੀ ਲਾਈਫ ਦੇ ਉੱਤੇ ਨਾ ਭੈਣ ਦੀ ਪੂਰੀ ਲਾਈਫ ਦੇ ਉੱਤੇ ਆਪਾਂ ਇੱਕ ਨਾ ਇੱਕ ਜਾ ਕੇ ਇਹਨਾਂ ਦੇ ਲਵੇ ਪ੍ਰੋਪਰ ਇੱਕ ਵੀਡੀਓ ਪਾਵਾਂਗੇ ਸੋ ਅੱਜ ਇਹ ਤੱਕ ਦਾ ਸ਼ੋਰ ਜ਼ਿਆਦੇ ਆ ਇੱਕ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੋ ਅੱਜ ਦੀ ਵੀਡੀਓ ਇੰਨੇ ਇਸਤੀ ਸਮਾਪਤ ਕਰਦੇ ਆ ਅਗਲੀ ਵੀਡੀਓ ਬਹੁਤ ਜਲਦ ਆਪਾਂ ਇਹਨਾਂ ਕੋਲੇ ਵਿਜ਼ਿਟ ਕਰਕੇ ਬਣਾਵਾਂਗੇ ਸੋ ਅੱਜ ਲਈ ਇੰਨੇ ਹੀ ਸੀ ਜੀ ਸਾਰੇ ਸਰੋਤਿਆਂ ਨੂੰ ਸਾਡੀ ਵੀਡੀਓ ਦਾ ਮੈਸੇਜ ਨਹੀਂ ਜੋ ਅਸੀਂ ਮੈਸੇਜ ਦਿੱਤਾ ਉਹ ਤੇ ਪਲੀਜ਼ ਗੌਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ